ਸਹੀ ਬੈਠਕ ਜੀ ਇਸ ਤਰ੍ਹਾਂ ਹੋਈ ਜੀ, ਮੈਂ ਦੁਪਹਿਰੇ 3 ਵਜੇ ਬੈਠਾ ਸੀ ਅਤੇ ਇੱਕ ਕ੍ਰੈਡਿਟ ਕਾਰਡ ਐਪਲੀਕੇਸ਼ਨ ਸੀ ਉਸ ਨੂੰ ਕਲਿੱਕ ਕੀਤਾ ਗਿਆ ਮੇਰੇ ਕੋਲੋਂ ਗਲਤੀ ਨਾਲ, ਅਤੇ ਉਸ ਦੇ ਵਿੱਚ ਫਿਰ ਉਸ ਤੋਂ ਬਾਅਦ ਮੈਨੂੰ ਕਾਲ ਆਈ ਇੱਕ, ਜਿਹਦੇ ਵਿੱਚ ਉਸਨੇ ਮੇਰੇ ਤੋਂ ਸੈਟਿੰਗ ਚੇਂਜ ਕਰਵਾਈਆਂ ਕੁਛ, ਅਤੇ ਮੇਰਾ ਸਕਰੀਨ ਸ਼ੇਅਰ ਕਰਵਾ ਲਿਆ, ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਸੀਗੀ। ਅਤੇ ਉਸ ਤੋਂ ਬਾਅਦ ਮੇਰੇ ਨਾਲ ਉਹਨੇ ਕੀ ਕੀਤਾ ਕਿ ਮੈਨੂੰ ਕਹਿੰਦਾ 2-3 ਘੰਟੇ ਬਾਅਦ ਤੁਹਾਡਾ ਨਾ ਕ੍ਰੈਡਿਟ ਕਾਰਡ ਤੁਹਾਨੂੰ 2-3 ਦਿਨਾਂ ਬਾਅਦ ਮਿਲ ਜਾਏਗਾ, ਸਾਰਾ ਕੰਪਲੀਟ ਹੋ ਜਾਏਗਾ। ਇਸ ਦੌਰਾਨ ਉਹਨਾਂ ਨੇ ਕੀ ਕੀਤਾ, ਮੇਰੇ ਨਾਂ 'ਤੇ ਇੱਕ ਪੈਨਸ਼ਨ ਲੋਨ ਲੈ ਕੇ 8 ਲੱਖ ਰੁਪਏ ਦਾ ਮੇਰੇ ਖਾਤੇ 'ਚ ਜਮ੍ਹਾਂ ਕੀਤਾ, ਅਤੇ ਮੇਰੇ ਖਾਤੇ 'ਚ ਜਿਹੜੇ ਪੈਸੇ ਪਏ ਸੀ ਉਹਦੇ ਵਿੱਚੋਂ ਵੀ ਕਢਾ ਲਿੱਤੇ ਗਏ। ਮੇਰੇ ਕੋਲ ਦੋ ਖਾਤੇ ਨੇ, ਇੱਕ 'ਚੋਂ 1 ਲੱਖ ਰੁਪਇਆ ਕਢਾਇਆ, ਇੱਕ 'ਚੋਂ 9 ਲੱਖ ਰੁਪਇਆ ਕਢਾਇਆ। ਇਸ ਤਰ੍ਹਾਂ 10 ਲੱਖ ਰੁਪਏ ਦਾ ਫਰੋਡ ਕਰ ਲਿਆ। ਉਹ ਉਹਦੇ ਵਿੱਚੋਂ ਉਹਨਾਂ ਨੇ ਇੱਕ IMPS ਕੀਤੀ, IMPS ਕੀਤੀ, ਇੱਕ ਕੀਤੀ ਨੈਫਟ, 3 ਕੀਤੀਆਂ ਨੈਫਟ, 4 ਲੱਖ, 3 ਲੱਖ, 2 ਲੱਖ ਅਤੇ 1 ਲੱਖ ਦੀ, ਟੋਟਲ ਕਿੰਨੇ ਠੱਗੀ ਬੱਚੇ? 10 ਲੱਖ ਰੁਪਏ ਦੀ। ਜਿਹੜਾ ਪੂਰਾ ਪ੍ਰੋਸੀਜਰ ਇਹ ਕਹਿ ਰਹੇ ਹੋ ਤੁਸੀਂ ਕਿ ਕਾਲ ਕਰਨ ਤੋਂ ਲੈ ਕੇ ਸਕਰੀਨ ਸ਼ੇਅਰ ਹੋਈ, ਫਿਰ ਆਨਲਾਈਨ ਲੋਨ ਵੀ ਅਪਲਾਈ ਹੋਇਆ, ਕਿੰਨਾ ਸਮਾਂ ਇਹਨਾਂ ਠੱਗਾਂ ਨੇ ਲਾਇਆ ਜੀ? ਇਹ ਤਕਰੀਬਨ 29 ਮਿੰਟ ਉਹਨਾਂ ਨੇ ਲਾਏ, ਕਿਸ ਤਰ੍ਹਾਂ ਉਹਨਾਂ ਨੇ ਆਪ ਹੀ ਅਪਲਾਈ ਕੀਤਾ ਲੋਨ? ਉਹਨਾਂ ਨੇ ਆਪ ਹੀ ਕੀਤਾ। ਤੇ ਇੱਕ ਬੜੀ ਹੈਰਾਨੀਜਨਕ ਜਿਹੜੀ ਫੈਕਟ ਸਾਹਮਣੇ ਆਇਆ ਕਿ ਜਿਹੜਾ ਆਨਲਾਈਨ ਲੋਨ ਅਪਲਾਈ ਹੁੰਦਾ ਵਾ ਤੇ ਉਹਦੀ ਕੀਮਤ ਕਿੰਨੀ ਸੀ ਤੇ ਕਿੰਨੇ ਮਿੰਟ 'ਚ ਬੈਂਕ ਨੇ ਪਾਸ ਕਰਤਾ? ਉਹ ਬੈਂਕ ਦਾ ਤਾਂ ਕੀ ਹੈ, ਮੇਰਾ ਸਿਵਲ ਜਿਹੜਾ ਚੈੱਕ ਹੋਇਆ 6:10 ਜਾਂ 11 ਮਿੰਟ ਤੇ ਹੋਇਆ, ਉਸ ਤੋਂ ਬਾਅਦ 6:15 ਤੇ ਜਾਂ 6:20 ਤੇ ਲੋਨ ਵੀ ਹੋ ਚੁੱਕਿਆ ਇੰਨੇ ਚਿਰ 'ਚ, ਕਿੰਨੀ ਅਮਾਉਂਟ ਤੇ? 8 ਲੱਖ ਦਾ। ਐਡੀ ਵੱਡੀ ਅਮਾਉਂਟ ਹੈ, ਕੋਈ ਬੈਂਕ ਨੇ ਵੈਰੀਫਿਕੇਸ਼ਨ ਜਾਂ ਤੁਹਾਨੂੰ ਕੋਈ SMS ਬੰਦੇ ਨਾਲ ਕੋਈ OTP ਜਾਂ ਕੋਈ ਇਦਾਂ ਦੀ ਗੱਲਬਾਤ ਹੋਈ? ਨਹੀਂ, ਕੋਈ ਗੱਲ ਨਹੀਂ ਹੋਈ। ਕੀ ਮੰਨਦੇ ਕੀ ਉਹਦੇ ਵਿੱਚ ਵੀ ਕੀ ਇੱਕ ਤਾਂ ਸਾਈਬਰ ਠੱਗ ਤਾਂ ਐਕਟਿਵ ਹੈਗੇ ਨੇ ਤੇ ਬੈਂਕਾਂ ਦੀ ਕੀ ਲੱਗ ਰਹੀ ਹੈ? ਉਹਦੇ ਵਿੱਚ ਇਹ ਹੁਣ ਕੋਈ ਇਦਾਂ ਦੀ ਹੈਗੇ ਕਿ ਗੱਲ ਪੀ ਇਦਾਂ ਜਿੱਦਾਂ ਪੰਜਾਬ ਨੈਸ਼ਨਲ ਬੈਂਕ ਨੇ PNB ਇੰਸਟਾ ਲੋਨ ਕੀਤਾ ਹੋਇਆ ਕਿ ਜਿਹੜਾ ਤੁਹਾਨੂੰ ਕੁਛ ਹੀ ਮਿੰਟਾਂ ਦੇ ਵਿੱਚ ਹੋ ਜਾਂਦਾ। ਜਦ ਅਸੀਂ ਨੌਕਰੀ ਕਰਦੇ ਸੀ ਇੱਦਾਂ ਤਾਂ ਹੁੰਦਾ ਨਹੀਂ ਸੀਗਾ, ਇਹ ਹੁਣ ਤੋਂ ਹੀ ਥੋੜ੍ਹੇ ਚਿਰ ਤੋਂ ਹੀ ਸ਼ੁਰੂ ਹੋਇਆ, ਇਸ ਬਾਰੇ ਸਾਨੂੰ ਨੌਲੇਜ ਵੀ ਨਹੀਂ ਹੈਗੀ। ਜਿਹੜੀ ਹੁਣ ਸ਼ਿਕਾਇਤ ਕੀਤੀ ਆ ਉਹਦੀ ਇਨਵੈਸਟੀਗੇਸ਼ਨ ਤੋਂ ਹੁਣ ਤੱਕ ਕੀ ਸਾਹਮਣੇ ਆਇਆ? ਇਨਵੈਸਟੀਗੇਸ਼ਨ 'ਚ ਇਹ ਆਇਆ ਕਿ ਜਿਹੜੇ ਉਹਨਾਂ ਨੇ ਜਿਹੜੀਆਂ ਉਹਨਾਂ ਨੇ 4 ਵੱਖ-ਵੱਖ ਬੈਂਕਾਂ ਦੇ ਵਿੱਚ ਬੈਂਕਾਂ ਥਰੂ ਆਪਣੇ ਇਹਦੇ ਥਰੂ ਆਪਣੇ ਮੋਬਾਈਲ ਜਾਂ ਆਪਣੇ ਉਹਦੇ 'ਚੋਂ ਕੰਪਿਊਟਰ ਥਰੂ ਨੈਫਟ ਤੇ ਆ ਜਿਹੜੀ ਇੰਟਰਨੈਟ ਬੈਂਕ ਦੀ ਸਰਵਿਸ ਹੁੰਦੀ ਆ ਉਹਦੇ ਥਰੂ ਪੈਸੇ ਟ੍ਰਾਂਸਫਰ ਕੀਤੇ ਆ। ਜਿਹੜੇ ਉਹ ਪੈਸੇ ਹੈਗੇ ਆ ਉਹ ਸਾਈਬਰ ਠੱਗਾਂ ਨੇ ATM ਦੇ ਥਰੂ ਕਢਾਏ ਆ ਡਿਫਰੈਂਟ ਡਿਫਰੈਂਟ ਜਗ੍ਹਾ ਤੇ। ਕਿੰਨੇ ਖਾਤੇ ਦੇ ਕਿੰਨੇ ਬੰਦੇ ਨਾਮ ਸੁਣਨੇ ਆ? ਉਹਦੇ ਵਿੱਚ ਕਈ ਕਾਫੀ ਬੰਦੇ ਹੈਗੇ ਆ, ਇਹ ਪੂਰਾ ਨੈਟਵਰਕ ਕਿੱਥੇ ਜੁੜਿਆ ਹੋਇਆ ਕੁਛ ਲੱਗਿਆ ਪਤਾ ਹੀ? ਇਹ ਕੁਛ ਉਹਨਾਂ ਤੋਂ ਅਸੀਂ ਪਤਾ ਕਰਨ ਦੀ ਕੋਸ਼ਿਸ਼ ਵੀ ਕਿੱਥੋਂ ਨਿਕਲੇ ਨੇ ਪੈਸੇ। ATM ਜਿਹੜੇ ਹੈਗੇ ਆ ਉਹ ਕਲਕੱਤਾ ਸਥਿਤ ਨੇ, ਬੈਂਕ ਖਾਤੇ ਬੈਂਕ ਖਾਤੇ ਵੀ ਉੱਥੇ ਦੇ ਹੀ ਹੈਗੇ ਆ। ਪੁਲਿਸ ਦੀ ਜਿਹੜੀ ਜਾਂਚ ਚੱਲ ਰਹੀ ਆ ਕਿੰਨੀ ਕੁ ਜਿਹੜੀ ਆ ਉਹ ਪ੍ਰਭਾਵੀ ਆ? ਤੁਸੀਂ ਗਏ ਸੀਗੇ? ਪੁਲਿਸ ਵਾਲਿਆਂ ਨੇ ਕਿਹਾ ਕਿ ਸਾਈਬਰ ਜਿਹੜਾ ਉਹਨਾਂ ਨੇ ਅਸੀਂ ਜਦ ਜਿਹੜੀ ਕੰਪਲੇਂਟ ਕੀਤੀ ਆ ਉਸ ਦਾ ਸਾਨੂੰ ਉਹਨਾਂ ਨੇ ਫੁੱਲੀ ਅਕੋਮੋਡੇਟ ਕੀਤਾ, ਤੇ ਸਾਡਾ 20-25 ਮਿੰਟ ਜਿੰਨੇ ਲੱਗਦੇ ਸੀ ਉਹਦੇ ਵਿੱਚ ਲਾ ਕੇ ਸਾਨੂੰ ਸਾਰੀ ਫੁੱਲ ਰਿਪੋਰਟ ਉਹਨਾਂ ਨੇ ਤਿਆਰ ਕਰਕੇ ਦੇ ਦਿੱਤੀ ਹੈਗਾ।
ਇਹਨਾਂ ਦਾ ਕੰਮ ਤਾਂ ਇੱਥੇ ਤੱਕ ਸ਼ਲਾਘਾਯੋਗ ਸੀਗਾ, ਪਰ ਅੱਗੇ ਜਿਹੜਾ ਉਹਨਾਂ ਨੂੰ ਕੈਪਚਰ ਕਰਨਾ ਜਾਂ ਉਹਨਾਂ ਨੂੰ ਫੜਨਾ ਜਾਂ ਹੋਰ ਦੇਖਣਾ, ਉਹਦੇ ਬਾਰੇ ਆਪਾਂ ਕੁਛ ਵੀ ਨਹੀਂ ਕਹਿ ਸਕਦੇ। ਜਿਸ ਤਰ੍ਹਾਂ ਤੁਸੀਂ ਤਾਂ ਰਿਟਾਇਰਡ ਮੈਨੇਜਰ ਹੋ ਜੀ, ਆਮ ਜਿਹੜਾ ਹੁਣ ਇਹ ਪ੍ਰਚਲਿਤ ਆ, ਕਿਹਾ ਵੀ ਜਾਂਦਾ ਕਿ ਬਚੋ ਜਿਹੜੇ ਫਰੋਡਿਸਟ ਨੇ ਉਹਨਾਂ ਦੀ ਕਾਲ ਦਾ ਜਵਾਬ ਨਾ ਦਿਓ, ਤੁਹਾਨੂੰ ਕਿਸ ਤਰ੍ਹਾਂ ਉਹਨੇ ਕਿਹੜੀਆਂ ਗੱਲਾਂ 'ਚ ਲਾ ਕੇ ਝਾਂਸੇ 'ਚ ਲਿਆ ਜੀ? ਉਹਨੇ ਕੁਛ ਵੀ ਨਹੀਂ, ਉਹ ਕਹਿੰਦਾ ਵੀ ਤੁਹਾਡੇ ਵਾਲਾ ਇਸ਼ੂ ਹੋ ਜਾਊਗਾ, ਮੈਨੂੰ ਐਕਚੁਅਲੀ ਤੁਹਾਨੂੰ ਇਹ ਆਉਂਦਾ, ਮੈਂ ਤਾਂ ਇਹ ਕਹਿੰਦਾ ਕਿ ਜੇ ਕਿਸੇ ਨੇ ਅੱਗੇ ਤੋਂ ਬਚਣਾ ਹੈਗਾ ਤਾਂ ਕੋਈ ਵੀ ਸਾਈਟ ਤੋਂ ਕਦੇ ਵੀ ਕੋਈ ਚੀਜ਼ ਲਿੰਕ ਸ਼ੇਅਰ ਨਾ ਕਰੋ, ਨਾ ਹੀ ਉਹਨੂੰ ਛੇੜੋ। ਜੇ ਲੈਣਾ ਹੈਗਾ ਸਿੱਧਾ ਬੈਂਕ ਨੂੰ ਅਪਲਾਈ ਕਰੋ, ਬੈਂਕ ਦੀ ਸਾਈਟ ਤੋਂ ਵੀ ਨਾ ਕਰੋ, ਕਿਉਂਕਿ ਫੇਕ ਸਾਈਟਾਂ ਨੇ ਇਹਨਾਂ ਨੇ ਬਣਾਈਆਂ। ਗੱਲਾਂ ਬਾਤਾਂ 'ਚ ਕਿਸ ਤਰ੍ਹਾਂ ਤੁਹਾਨੂੰ ਉਹਨੇ ਲਗਾ ਕੇ ਰੱਖਿਆ ਜਦੋਂ ਸਕਰੀਨ ਸ਼ੇਅਰ ਕਰੀ? ਉਹ ਕਹਿੰਦਾ ਬਸ 2 ਮਿੰਟ ਤੱਕ ਤੁਹਾਡੇ ਵਾਲਾ ਹੋ ਚੁੱਕਿਆ, ਤੁਹਾਨੂੰ ਆਹ ਚੀਜ਼ ਹੋ ਗਈ ਹੈ, ਇੱਦਾਂ ਇਹ ਕਰਨਾ ਹੈਗਾ, ਤੁਸੀਂ ਕਿੱਦਾਂ ਰਿਟਾਇਰ ਹੋਏ ਜੀ, ਉਹ ਇਸ ਤਰ੍ਹਾਂ ਪੁੱਛਦਾ ਰਿਹਾ ਬਸ। ਉਹ ਤੁਹਾਡਾ ਕੋਈ ਫੋਨ ਵੀ ਉਹਨਾਂ ਹੈਕ ਹੋਇਆ ਉਸ ਸਮੇਂ? ਉਸ ਦੌਰਾਨ ਹੀ ਫੋਨ ਮੇਰਾ ਉਹਨਾਂ ਕੋਲ ਹੈਕ ਹੋਇਆ, ਉਹਨਾਂ ਨੇ ਮੇਰੇ ਜਿਹੜੇ ਐਪ ਡਾਊਨਲੋਡ ਕੀਤੀ ਸੀ ਬੈਂਕ ਦੀ, ਉਹਨੂੰ ਡਿਸੇਬਲ ਕਰਦੇ ਰਹੇ ਕਿ ਮੈਂ ਉਸ ਤੋਂ ਬਾਅਦ ਨਾ ਜਦੋਂ ਉਹਨੂੰ ਉਹ ਅਨੇਬਲ ਕਰਕੇ ਆਪਣਾ ਅਕਾਊਂਟ ਫਰੀਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਨੂੰ ਉਹਨਾਂ ਨੇ ਅਲਾਓ ਨਹੀਂ ਕੀਤਾ, ਕਿਉਂਕਿ ਉਹ ਡਿਸੇਬਲ ਕਰ ਦਿੰਦੇ ਸੀ। ਮੈਂ ਇਹਨਾਂ ਨੂੰ ਫੇਰ ਕਰਦਾ ਸੀ 3-4 ਮਿੰਟਾਂ ਦੇ ਵਿੱਚ, ਉਹਨੂੰ ਫੇਰ ਡਿਸੇਬਲ ਕਰ ਦਿੰਦੇ ਸੀ। ਇਸਦਾ ਜਦੋਂ ਤੁਹਾਨੂੰ ਕੁਛ ਹੱਕ ਹੋਇਆ, ਤੁਸੀਂ ਕੋਈ ਟੋਲ ਫਰੀ ਨੰਬਰ ਤੇ ਕੋਈ ਹੈਲਪ ਲੈਣ ਦੀ ਕੋਸ਼ਿਸ਼ ਕੀਤੀ? ਟੋਲ ਫਰੀ ਨੰਬਰ ਤੇ ਇਸ ਤੋਂ ਜ਼ਿਆਦਾ ਇੱਦਾਂ ਮੈਨੂੰ ਉਹਨਾਂ ਨੇ ਨਹੀਂ ਕਰਨ ਦਿੱਤਾ, ਤਾਂ ਮੈਂ ਟੋਲ ਫਰੀ ਨੰਬਰ ਤੇ ਹੈਲਪ ਲਿੱਤੀ, ਉਹਨਾਂ ਨੇ ਵਿਦ ਇਨ 5 ਮਿੰਟਸ ਮੇਰੇ ਖਾਤੇ ਫਰੀਜ ਕਰਤੇ, ਅਤੇ ਉਹਦਾ ਜਿਹੜਾ ਏਟੀਐਮ ਵੀ ਫਰੀਜ ਕਰਤੇ, ਇੰਟਰਨੈਟ ਬੈਂਕ ਸਰਵਿਸ ਵੀ ਫਰੀਜ ਕਰਤੀ, ਅਤੇ ਖਾਤਾ ਵੀ ਫਰੀਜ ਕਰਤਾ ਡੈਬਿਟ। ਉਦੋਂ ਤੱਕ ਕਿੰਨੀ ਠੱਗੀ ਹੋ ਚੁੱਕੀ ਸੀ? ਉਦੋਂ ਤੱਕ 10 ਲੱਖ ਰੁਪਏ ਹੋ ਚੁੱਕੇ ਸੀ। ਬਾਕੀ ਪਬਲਿਕ ਨੂੰ ਕੀ ਅਪੀਲ ਕਰਨੀ ਚਾਹੀਦੀ? ਅਪੀਲ ਕਰਨੀ ਚਾਹੁੰਦੇ ਹਾਂ ਵੀ ਕੋਈ ਵੀ ਜਿਹੜੀ ਕੋਈ ਸਾਈਟ ਹੈਗੀ ਆ ਬਿਨਾਂ ਬੈਂਕ ਤੋਂ, ਕਿਸੇ ਨੂੰ ਵੀ ਨਹੀਂ, ਕਿਸੇ ਤੋਂ ਵੀ ਕੋਈ ਚੀਜ਼ ਅਪਲਾਈ ਨਹੀਂ ਕਰਨੀ ਚਾਹੀਦੀ ਬੈਂਕਿੰਗ ਸਰਵਿਸ।